ਸਤਿ ਸ੍ਰੀ ਅਕਾਲ ਭਰਜਾਈ। ਮੈਂ ਤੇਰੀ ਸਤਿ ਸ੍ਰੀ ਅਕਾਲ ਤੋਂ ਨਾ ਮੈਂ ਆਈ ਚੰਗੀ ਆ। ਕੀ ਗੱਲ, ਕੀ ਹੋ ਗਿਆ? ਹੋਰ ਨੂੰ ਕੀ ਆ, ਤੂੰ ਨਾ ਮੈਨੂੰ ਬੁਲਾਇਆ ਨਾ ਕਰ। ਕਿਉਂ, ਮੈਂ ਕੀ ਤੇਰੇ ਦੰਦਿਆਂ ਪੜਦਾ? ਟਿਕ ਜਾ ਟਿਕ ਜਾ, ਜਾਣ ਦੀ ਮਦਦ ਮੈਂ ਤਾਂ ਤੇਰਾ ਲਾਡ ਲਾ ਦਿਓ ਰਾਂ। ਬਸ ਕਰ, ਜਾਣ ਦੀ ਲਾਡ ਲੈ ਦਿਓ। ਤੇਰੇ ਵਰਗੀਆਂ ਬੜੀਆਂ ਉਤਰੀਆਂ ਬਨੇਰੇ ਤੋਂ ਲਾਹੀਆਂ। ਭਰਜਾਈ ਕੀ ਹਾਲ ਆ? ਭਰਜਾਈ ਵਧੀਆ, ਮੈਂ ਬਹਿ ਜਾ ਭਰਜਾਈ। ਆ ਨਾ, ਤੈਨੂੰ ਸ਼ਰਮ ਨਹੀਂ ਆਉਂਦੀ? ਮੈਂ ਜੇਠ ਦੇ ਬਰਾਬਰ ਬੈਠੂੰਗੀ। ਇਹ ਗੱਲ ਆ ਭਰਜਾਈ, ਫਿਰ ਗੱਲ, ਤੂੰ ਬਹਿ ਮੰਜੇ ਤੇ, ਮੈਂ ਬਹਿਣਾ ਹੇਠਾਂ। ਮੈਂ ਤੇ ਜਾਂਦਾ, ਪਰ ਸੰਭਰ ਤਾਂ ਲਿਆ ਕਰੋ, ਮਾੜੀ ਮੋਟੀ ਸ਼ਰਮ ਤਾਂ ਕਰ ਲਿਆ ਕਰ। ਉਹ ਭਰਜਾਈ ਤੈਨੂੰ ਪਤਾ ਹੀ ਹੈ, ਜਦੋਂ ਮੈਂ ਚੱਕ ਲਾਂਗਾ ਮਾਂਜਾ ਫਿਰ ਤਸੱਲੀ ਕਰਾ ਕੇ ਹਟਦਾ, ਪਰ ਕਰਾਂ ਕੀ, ਅਜੇ ਸਾਡਾ ਸਰੀਰ ਹੀ ਨਹੀਂ ਖੇੜਿਆ। ਭੁੱਕੀ ਤਾਂ ਮੈਂ ਖਾ ਲਈ ਸਵੇਰੇ। ਮੈਂ ਬਸ ਕਰ, ਸਵੇਰ ਤੋਂ ਭੁੱਕੀ ਤੇ ਲੱਗ ਜਾਣਾਗਾ। ਉਹ ਕੀ ਕਰਾਂ ਭਰਜਾਈ, ਸਾਲਾ ਇਹਦੇ ਬਿਨਾਂ ਨਾ ਉੱਠੇ ਨਹੀਂ ਜਾਂਦਾ। ਤੁਹਾਨੂੰ ਤਾਂ ਖਾ ਲਿਆ ਭੁੱਕੀ ਨੇ, ਮੈਂ ਤਾਂ ਲੰਘਦੀ ਹੋਈ ਸੀ। ਮੈਂ ਕਿਹਾ ਚੱਲ ਦੇਖ ਜਾਵਾਂ ਕੀ ਕਰਦੇ ਆ। ਕਰਨਾ ਕੀ ਹੈ ਭਰਜਾਈ, ਇੱਥੇ ਜਿਹੜੇ ਸਾਡੇ ਨਿਆਣੇ ਰਹਿੰਦੇ ਆ, ਵਿਹਲੇ ਪਏ ਆ ਮੰਜੇ ਦੇ, ਦੋ ਰੋਟੀਆਂ ਲਾਉਣੀਆਂ ਨੇ, ਲਾ ਲਾਂਗੇ ਥੋੜੇ ਟਾਈਮ ਤੱਕ। ਚੱਲ ਬਈ, ਤੇਰੀ ਮਰਜ਼ੀ ਆ। ਹੋਰ ਦੱਸ ਭਰਜਾਈ, ਤੂੰ ਕਿਵੇਂ ਆਈ ਸੀ? ਮੈਂ ਤਾਂ ਲੰਘਦੀ ਪਈ ਸੀ, ਤੇਰਾ ਬਾਈ ਕਹਿੰਦਾ ਸੀ ਚਾਹ ਬਣਾਉਣੀ ਆ, ਤੇ ਸਾਡੇ ਤਾਂ ਖਾਂਡੀ ਮੁੱਕੀ ਪਈ ਆ। ਮੈਂ ਕਿਹਾ ਚੱਲ ਇੱਧਰੋਂ ਲੈ ਆਉਣੀ ਆ। ਅੱਛਾ, ਆਹ ਗੱਲ ਹੈ ਭਰਜਾਈ, ਖੰਡ ਲੈਣ ਆਈ ਸੀ? ਹਾਂ। ਤੈਨੂੰ ਖੰਡ ਦੀ ਕੀ ਲੋੜ ਹੈ, ਤੇਰੇ ਤਾਂ ਬੋਲ ਹੀ ਇੰਨੇ ਮਿੱਠੇ ਆ ਕਿ ਬੰਦੇ ਨੂੰ ਸ਼ੂਗਰ ਹੋ ਜੇ। ਮਾਸਾ ਘੁੱਟ ਭਰ ਲੈਂਦੀ ਕੱਪ ਚੋਂ, ਚਾਹ ਚ ਮਿੱਠਾ ਹੀ ਮਿੱਠਾ ਹੋ ਜਾਣਾ ਸੀ, ਨਾਲੇ ਸਾਡਾ ਬਾਈ ਖੁਸ਼ ਹੋ ਜਾਂਦਾ। ਮੈਂ ਬਸ ਕਰ, ਵਾਲੀਆਂ ਨਾ ਮਸ਼ਕਰੀਆਂ ਜਿਹਾ ਨਾ ਕਰਿਆ ਕਰ। ਉਹ ਭਰਜਾਈ ਫੇਰ ਕੀ ਹੋ ਗਿਆ, ਕਿਹਨੂੰ ਮਜ਼ਾਕ ਕਰਨਾ, ਹੋਰ ਕਿਹਨੂੰ ਕਰੀਏ ਅਸੀਂ? ਚੱਲ ਜੇ ਹੈਗੀ ਹੈ ਤਾਂ ਦੇ ਦੇ, ਨਹੀਂ ਤਾਂ ਫਿਰ ਮੈਂ ਜਾਵਾਂ। ਉਹ ਸੁਣ ਨਾ ਭਰਜਾਈ, ਤੈਨੂੰ ਵੀ ਜਵਾਬ ਹੈ, ਤੂੰ ਬੈਠ, ਮੈਂ ਹੁਣੇ ਲੈ ਕੇ ਆਇਆ। ਠੀਕ ਹੈ। ਤੂੰ ਭਾਂਡਾ ਨਹੀਂ ਲੈ ਕੇ ਆਈ? ਨਹੀਂ, ਲਫਾਫੇ ਲਫੂਫੇ ਚ ਪਾ ਦੇ ਗਏ। ਲੈ ਭਰਜਾਈ, ਲਫਾਫਾ ਤਾਂ ਲੱਭਿਆ ਨੀ, ਗਲਾਸ ਚ ਪਾ ਦੀ, ਤੇਰਾ ਅੱਜ ਦਾ ਡੰਗ ਸਰ ਜੂਗਾ। ਚੱਲ ਠੀਕ ਆ, ਬਹੁਤ ਬਹੁਤ ਧੰਨਵਾਦ ਤੇਰਾ। ਕੋਈ ਨਾ ਭਰਜਾਈ, ਧੰਨਵਾਦ ਲਈ ਕਿਹੜੀ ਗੱਲ ਹੈ। ਚੰਗਾ, ਚੱਲਦੀ ਮੈਂ। ਨਾਲੇ ਗੱਲ ਸੁਣ ਭਰਜਾਈ, ਕਦੇ ਖੰਡ ਦੇ ਬਹਾਨੇ, ਕਦੇ ਚਾਹ ਪੱਤੀ ਦੇ ਬਹਾਨੇ, ਕਦੇ ਲੋਨ ਦੇ ਬਹਾਨੇ, ਮਿੱਤਰਾਂ ਦੇ ਵਿਹੜੇ ਗੇੜਾ ਮਾਰਦੀ ਨੀ ਕਰ, ਸਾਡਾ ਵੀ ਜੀ ਲੱਗਿਆ ਰਹਿਣਾ। ਅੱਛਾ, ਨਾਲੇ ਤੇਰੇ ਏਸੀ ਵੀ ਪਹਿਲਾਂ ਹੀ ਲਿਆ ਕੇ ਰੱਖਦੇ ਆ। ਮਰ ਜਾਣਾ, ਬਾਲਾ ਨਾ ਠਰਕੀ ਨਾ ਬਣਿਆ ਕਰ, ਮੈਨੂੰ ਸਭ ਪਤਾ ਤੂੰ ਕਿੱਥੋਂ ਬੋਲਦਾ। ਚੰਗਾ, ਚੱਲਦੀ ਆ ਮੈਂ। ਉਹ ਹੈਲੋ ਕਦਰ, ਮੈਂ ਤੈਨੂੰ ਕਹੀ ਜਾਣਾ ਵੀ ਮੈਨੂੰ ਚਾਹ ਪਿਆ ਦੇ, ਤੂੰ ਚੱਕ ਕੇ ਮੂੰਹ ਬਾਹਰ ਨੂੰ ਲੰਘੀ। ਮੈਂ ਤੇਰਾ ਸਿਆਪਾ ਕਰਨ ਗਈ ਸੀ। ਮੇਰਾ ਸਿਆਪਾ ਕਰਨ ਗਈ ਦੀ? ਉਹ ਚਾਹ ਤਾਂ ਅੰਦਰ ਬਣਾਉਣੀ ਸੀਗੀ, ਬਾਹਰ ਦੱਸ ਕੀ ਕਰਨਾ, ਨਾਲ ਕੀ ਲਈ ਇਹਦੇ ਚ ਗਲਾਸ ਚ? ਖੰਡ ਲੈ ਕੇ ਆਈ ਆ। ਥੋਡੀ ਭੈਣ ਦੇ, ਉਹ ਖੰਡ ਦਾ ਤਾਂ ਘਰੇ ਪੀਪਾ ਭਰਿਆ ਪਿਆ। ਤੇ ਪੀਪਾ ਰਹਿਣ ਦੇ, ਸਰਫਾ ਕਰਿਆਗਾ ਥੋੜਾ ਜਿਹਾ। ਸਰਫਾ ਕਰਿਆ ਕਰ, ਇਹਦੇ ਨਾਲ ਤੂੰ ਕੋਠੀਆਂ ਪਾ ਲੇਂਗੀ, ਉਹ ਮੇਰੇ ਸਾਲ ਦੀ ਲੋਕਾਂ ਦੇ ਮੰਗਦੇ ਫਿਰੀ ਜਾਂਦੀ ਹੈ। ਵਿੱਚ ਇੱਧਰ ਉੱਧਰ ਸਰ ਜਾਂਦਾ ਤਾਂ ਕਿਹੜੀ ਗੱਲ ਆ? ਉਹ ਨਾ ਇੰਨਾ ਕੰਜੂਸ ਪਣਾ ਕਰ, ਨਾ ਕਰ, ਤੂੰ ਕਰਨਾ ਕੀ ਆ, ਬਥੇਰਾ ਕੁਛ ਆਪਣੇ। ਵੀ ਗਾਂ ਦਾ ਸੋਚ, ਗਾਂ ਦਾ, ਕੱਲ ਨੂੰ ਬੱਚਿਆਂ ਦਾ ਭਵਿੱਖ ਨਹੀਂ ਸੋਚਣਾ। ਬੱਚਿਆਂ ਦਾ ਭਵਿੱਖ ਨਹੀਂ ਸੋਚਣਾ ਹੈਗਾ, ਸਾਰੇ ਬੱਚੇ ਹਲੇ ਹੋਏ ਨਹੀਂ ਹੈਗਾ, ਪਹਿਲਾਂ ਭਵਿੱਖ ਦੀ ਸੋਚ ਲੱਗ ਗਈ। ਉਹ ਜਵਾਕ ਤਾਂ ਹੋ ਜਾਣ, ਫੇਰ ਹੀ ਕਦੇ ਦੇਖਾਂਗੇ। ਵੀ ਹੋ ਜਾਣਗੇ, ਜਵਾਕ ਕੇ ਸਵਾਹ ਹੋਣਗੇ, ਘਰੇ ਤਾਂ ਵੜਦੀ ਨਹੀਂ ਹੈਗੀ, ਸਾਰਿਆਂ ਦਾ ਬਾਹਰ ਫਿਰੀ ਜਾਂਦੀ, ਕਦੇ ਖੰਡ ਲੈਣ ਵਾ ਗਈ, ਕਦੇ ਤੇਲ ਮੁੱਕਣ ਆਈ, ਘਰੇ ਬੜੀ ਕਿ ਤਾਂ ਇਹ ਕੁਛ ਹੋਊਗਾ। ਮੈਂ ਬਸ ਕਰ, ਉਹ ਤਾਂ ਬੋਲੇ ਨਾ ਕਰ, ਸ਼ਰਮ ਕਰ ਲਿਆ ਕਰ ਥੋੜੀ ਬਹੁਤ। ਮੈਂ ਤਾਂ ਸਾਲਾ ਕਦੇ ਕਦੇ ਐਂ ਲੱਗੀ ਰਿਹਾ, ਕਦੇ ਜਵਾਬ ਵੀ ਨਾ ਗਵਾਂਢੀ ਤਾਂ ਮੰਗ ਲਈ ਤੂੰ। ਟਿਕ ਜਾ ਨਾਲੇ ਹੋਰ ਸਾਲੀ, ਭੁੱਖੀ ਨੰਗੀ ਜੀ, ਸਾਰਿਆਂ ਨੂੰ ਮੰਗਦੀ ਫਿਰੀ ਜਾਂਦੀ, ਮੰਗਦੀ ਫਿਰੀ ਜਾਂਦੀ, ਨਾਲੇ ਸਾਰਾ ਕੁਛ ਘਰੇ ਪਿਆ।
ਬੇਇੱਜ਼ਤੀ ਕਰਾਈ ਜਾਂਦੀ ਬਾਈ। ਐਡੀ ਕੰਜੂਸ ਜਨਾਨੀ, ਜਿਹੜਾ ਕੰਮ ਕਰਨਾ ਉਹ ਕਰਦੀ ਨਹੀਂ ਹੈਗੀ, ਹੋਰ ਹੀ ਕੁਛ ਕਰਦੀ ਫਿਰੀ ਜਾਊਗੀ। ਇੰਨੇ ਚਾਹ ਜੇ ਬਣਾਊਗੀ ਘੁੱਟ। ਕਿੰਨਾ ਟਾਈਮ ਲੱਗੂ ਚਾਹ ਬਣ ਤੇ? ਬੁੜ ਬੁੜ ਗਰੀ ਜਾਂਦੀ ਹੈ। ਆਪ ਤਾਂ ਤੂੰ ਬਾਟੀ ਭਰ ਕੇ ਪੀ ਜਾਂਦੀ ਹੈ ਚਾਹ। ਬਾਟੀ ਚ ਕਰੂੰਗੀ ਹੋਰ ਦਸ ਵਜੇ ਕਰ ਲਾ ਮੈਂ। ਫੜ ਚੁਲਸਲਾ। ਮਾੜੀ ਮੋਟੀ ਸ਼ਰਮ ਕਰ ਲਿਆ ਕਰ ਨਾ, ਮਾੜੀ ਮੋਟੀ ਸ਼ਰਮ ਕਰ ਲਿਆ ਕਰ। ਆਪ ਤਾਂ ਕੋਈ ਐਡੀ ਭਰ ਕੇ ਬਾਟੀ ਪੀ ਜਾਂਦੀ ਚਾਹ ਦੀ, ਮੇਰੇ ਵੇਲੇ ਨਿੱਕੀ ਜਿਹੀ ਗਲਾਸੀ ਲੈ ਕੇ ਖੜ ਜਾਂਦੀ ਹੈ। ਮੈਂ ਸਰਫਾ ਕਰ ਲਿਆ ਥੋੜਾ ਜਿਹਾ, ਨਾਲੇ ਮੈਂ ਤਾਂ ਮਿੱਠਾ ਚੈੱਕ ਕਰਦੀ ਸੀ। ਮਿੱਠਾ ਚੈੱਕ ਕਰਦੀ ਸੀ, ਮੈਨੂੰ ਸਭ ਪਤਾ ਹੈ ਮਿੱਠਾ ਚੈੱਕ ਕਰਦੀ ਸੀ। ਮੈਂ ਬਾਹਲੀ ਚਾਹ ਨਾ ਪੀਆ ਕਰ, ਲੀਵਰ ਖਰਾਬ ਹੁੰਦਾ ਗਾ। ਕਿਹੜਾ ਮੇਰਾ ਸਾਲਾ ਕਹਿੰਦਾ ਵੀ ਚਾਹ ਨਾਲ ਲੀਵਰ ਖਰਾਬ ਹੁੰਦਾ? ਉਹ ਦਾਰੂ ਪੀਣ ਨਾਲ ਲੀਵਰ ਖਰਾਬ ਹੁੰਦਾ, ਚਾਹ ਨਾਲ ਨਹੀਂ ਹੁੰਦਾ। ਚਾਹ ਵੀ ਤਾਂ ਉਸੇ ਲੀਵਰ ਚ ਜਾਣੀ ਆ। ਅੱਛਾ, ਇਹ ਚਾਹ ਨਾਲ ਤਾਂ ਮੇਰੇ ਲੀਵਰ ਖਰਾਬ ਹੋ ਜਾਂਦੇ ਨਾ। ਤੇਰੇ ਵਾਲੇ ਲੀਵਰ ਲੋਹੇ ਦੇ ਬਣੇ ਹੋਏ ਆ, ਤੇਰੇ ਨਹੀਂ ਖਰਾਬ ਹੁੰਦੇ। ਮੈਂ ਮੈਨੂੰ ਨਾ ਟੋਕਿਆ ਨਾ ਕਰ ਜ਼ਿਆਦਾ, ਤਾਂ ਇਹਦੇ ਮੇਰੇ ਹੱਡ ਚਮਚੀ ਨਹੀਂ ਲੱਗਦੀ, ਜਦੋਂ ਮੈਂ ਖਾ ਲੈਂਦੀ ਉਦੋਂ ਟੋਕ ਦਿੰਦਾ ਗਾ ਤੂੰ। ਉਹ ਮੈਂ ਕਦੋਂ ਟੋਕਦਾ ਤੈਨੂੰ? ਟੋਕਦੀ ਤਾਂ ਤੂੰ ਮੈਨੂੰ ਰਹਿਨੀ ਹੈ, ਕਾਹਨੂੰ ਨਹੀਂ ਤੈਨੂੰ ਲੱਗਦਾ ਹੈਗਾ? ਤੂੰ ਮੇਰੇ ਵੱਲ ਵੀ ਵੇਖ ਤੇ ਆਪਦੇ ਵੱਲ ਵੀ ਵੇਖ ਵੀ ਕਿਹਨੂੰ ਲੱਗਦਾ ਕਿਹਨੂੰ ਨਹੀਂ ਲੱਗਦਾ ਹੈਗਾ। ਮੈਂ ਬਸ ਕਰ, ਜਿਆਦਾ ਮੈਂ ਤੇਰੀ ਟੈਨਸ਼ਨ ਨਾ ਲੱਗਾ, ਮੈਂ ਤਾਂ ਉਹੀ ਮਰ ਜਾ। ਓਏ, ਮੈਂ ਤਾਂ ਤੇਰੇ ਅੱਗੇ ਹੱਥ ਹੀ ਜੋੜਦਾ, ਉਹ ਮਾੜੀ ਮੋਟੀ ਮੇਰੀ ਇੱਜ਼ਤ ਰੱਖਦੇ। ਪਿੰਡ 'ਚ ਲੋਕ ਕਹਿਣ ਲੱਗ ਗਏ ਵੀ ਸਾਰਾ ਦਿਨ ਪ੍ਰਗਟ ਦੀ ਬਹੂ ਨਾ ਲੋਕਾਂ ਦੇ ਘਰੇ ਕੌਲੀਆਂ ਚੱਕੀ ਫਿਰਦੀ ਰਹਿੰਦੀ ਹੈ। ਵੇ ਇੱਜ਼ਤ ਨੂੰ ਲੱਗੇ ਤੇਰੇ ਬੜੇ ਝੰਡੇ ਝੂਲਦੇ ਆ। ਵੇ ਮੈਂ ਜੇ ਸਰਫਾ ਨਾ ਕਰਦੀ ਨਾ ਤਾਂ ਘਰ ਨਾ ਬਣਦਾ। ਘਰ ਨਾ ਬਣਦਾ ਕਹਿੰਦੀ ਤਾਂ ਹੈ ਮੇਰੇ ਸਾਲੀ ਦੀ, ਜਿਵੇਂ ਨੇਕ ਮਿਸਤਰੀ ਨੂੰ ਇੱਟਾਂ ਫੜਾਉਂਦੀ ਰਹੀ ਹੋਵੇ। ਘਰ ਨਾ ਬਣਦਾ, ਵੱਡੀ ਘਰ ਬਣਾਉਣ ਵਾਲੀ ਆਈ ਇੱਥੇ। ਨਾਲੇ ਮਾੜਾ ਮੋਟਾ ਸ਼ਰਮ ਕਰ ਲਿਆ ਕਰ, ਨਾ ਜਾਇਆ ਕਰ ਲੋਕਾਂ ਦੇ ਮੰਗਣ ਵਾਸਤੇ, ਨਾਲੇ ਉਹ ਛੜੇ ਛੜਾ ਕੇ ਉਹਨਾਂ ਦੇ ਘਰੇ ਕੀ ਕਰ ਜਾਂਦੀ ਹੁੰਦੀ ਹੈ ਤੂੰ। ਵੇ ਮੈਂ ਤਾਂ ਖੰਡ ਲੈਣ ਚਲੇ ਗਈ, ਫਿਰ ਕੀ ਹੋ ਗਿਆ ਜੇ ਲੈ ਆਈ ਭੋਰਾ ਤਾਂ? ਭੋਰਾ ਲੈ ਜਾਣਾ ਵੀ, ਜਿੱਥੋਂ ਚੀਜ਼ ਮਿਲਦੀ ਨਾ ਉੱਥੇ ਜਾਇਆ ਜਾਂਦਾ, ਨਾਲੇ ਉਹ ਮੋਹ ਵਾਲਾ ਕਰਦੇ ਆ। ਮੋਹ ਕਰਦੇ ਆ ਉਹ, ਕਿਤੇ ਬਾਲਾ ਮੋਹ ਨਾ ਪਾ ਕੇ ਬਹਿ ਜੀ। ਮੈਂ ਬਾਲਾ ਨਾ ਬੋਲਿਆ ਕਰ, ਉਹਨਾਂ ਤੋਂ ਲੰਘ ਜਾ, ਪੋਚੇ ਲਾਉਣੇ ਮੈਂ। ਪੋਚੇ ਲਾਉਣੇ ਆ ਪਰ ਜੇ ਉਹ ਵਾਊਚਰ ਜਾ ਲੈਣ ਜਾਣਾ ਹੈ, ਔਰ ਇੱਕ ਤਾਂ ਕਹਿੰਦਾ ਤੋੜਦਾ ਜੀ ਉਹ, ਚੱਲ ਦੇਖਦੇ ਆ ਕਿ ਜੇ ਦੇ ਦੂਗੀ ਵਾਊਚਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਨਾ ਤੂੰ ਕਿੱਧਰ ਤੁਰਿਆ ਫਿਰਦਾ? ਪਰ ਜੇ ਵਾਊਚਰ ਜਾ ਲੈਣਾ ਜੀ ਤੁਹਾਡਾ। ਵੇ ਮੈਂ ਤਾਂ ਆਪ ਹੱਥਾਂ ਨਾਲ ਪੋਚੇ ਲਾਉਣੀ ਆ, ਵਾਈਪਰ ਸਾਡੇ ਘਰੇ ਕਿੱਥੋਂ ਆ? ਪਰ ਜੇ ਜਿਹਦਾ ਪਿਆ ਤਾਂ ਸਾਹਮਣੇ ਦਾ ਪਿਆ, ਇਹ ਤਾਂ ਸਾਡੇ ਗਵਾਂਢੀਆਂ ਦਾ, ਮੈਂ ਤਾਂ ਆਪ 100 ਤਰਲੇ ਮਾਰ ਕੇ ਮੰਗ ਕੇ ਲਿਆਈ ਆ। ਨਹੀਂ, ਉਹ ਤਾਂ ਮੇਰੇ ਘਰ ਹੀ ਨਹੀਂ ਭੇਜਿਆ, ਕਹਿੰਦਾ ਤੁਸੀਂ ਫੜ ਲਿਓ ਗਵਾਂਢੀ ਦਾ। ਵੇ ਤੁਸੀਂ ਕਿਸੇ ਹੋਰ ਵੱਲੋਂ ਲਿਆਓ, ਨਾਲੇ ਮੈਂ ਨਹੀਂ ਦੇਣਾ, ਮੈਂ ਤਾਂ ਆਪ ਮੰਗ ਕੇ ਲਿਆਂਦਾ। ਆਹ ਇਹਦੇ ਨੁਕਸਾਨ ਹੋ ਗਿਆ ਫਿਰ ਮੈਨੂੰ ਕਹੋਗੇ, ਮੈਨੂੰ ਭਰਨਾ ਪਊਗਾ। ਨਹੀਂ ਚੱਲ, ਬੋਝ ਬੂਝ ਕੇ ਕੰਮ ਲੈ ਲਾਂਗੇ ਜੀ ਫਿਰ। ਵੇ ਤੇਰੇ ਘਰ ਵਾਲੇ ਨੇ ਤੇਰੇ 'ਚ ਵਾਲ ਵਿੰਗ ਪਾ ਛੱਡੇ, ਤੈਨੂੰ ਸਬਦ ਛੱਡ ਦੂਗੀ, ਤੂੰ ਲੰਘ ਜਾ, ਮੈਂ ਨਹੀਂ ਦਿੰਦੀ ਦਿੰਦੀ। ਨਾ ਜੇ ਤੁਸੀਂ ਐਂ ਕਾਹਨੂੰ ਕਰਦੇ, ਮੈਨੂੰ ਉਹ ਘਰੇ ਫੜਨੀ ਦੇਣੀ ਫਿਰ। ਨਹੀਂ ਨਹੀਂ ਮੈਂ ਨਹੀਂ ਦਿੰਦੀ। ਹੈ ਜੀ, ਕੱਲ ਨੂੰ ਮੈਨੂੰ ਭਰਨਾ ਬਹੁਤ ਟੁੱਟ ਗਿਆ। ਨਾ ਜੀ ਕੋਈ ਗੱਲ ਨਹੀਂ, ਮੈਂ ਦੇ ਦੂੰਗਾ ਜੀ ਫਿਰ ਤੁਹਾਨੂੰ। ਨਹੀਂ ਨਹੀਂ ਤੂੰ ਜਾ, ਮੈਂ ਨਹੀਂ ਦਿੰਦੀ ਹੈਗੀ। ਦੇਖ ਲਓ ਜੀ ਐਂ ਕਾਹਨੂੰ ਕਰਦੇ ਹੋ। ਨਹੀਂ ਨਹੀਂ ਤੂੰ ਤੁਰ ਜਾ, ਉਹਨਾਂ ਦੇ ਪੁੱਛ ਲਈ। ਅੱਛਾ, ਇਹ ਕੰਮ ਦਿੰਦੀ ਹੈ ਮੰਗਣ? ਮੈਂ ਤਾਂ ਆਪ ਮਸਾ ਲਿਆਂਦਾ, ਹੱਦ ਹੋਈ ਪਈ ਇਹਨਾਂ ਦੀ ਤਾਂ।
ਐਡੀ ਕਸੂਰ ਸਜ਼ਾ ਨਹੀਂ ਹੈ, ਸਾਹਮਣੇ ਚੀਜ਼ ਵੀ ਪਈ ਜਵਾਬ ਦੇ ਦਿੰਦੀ ਹੈ, ਹੈਂ ਆਪ ਲੋਕਾਂ ਦੇ ਮਗਰ ਹੀ ਫਿਰੀ ਜਾਂਦੀ ਹੈ। ਸਬਜ਼ੀ ਵੀ ਹੁਣ ਕੀ ਬਣਾਵਾਂ, ਅੱਗ ਲੱਗੀ ਪਈ ਸਬਜ਼ੀ ਨੂੰ ਤਾਂ, ਐਂ ਕਰਦੀ ਹਾਂ ਇਹਨੂੰ ਕਿੰਨੀ ਸਬਜ਼ੀ ਦਾ। ਆਹਾ ਕਿਆ ਵਾਤਾਂ ਨੇ, ਨਾਲੀਏ ਯਾਰ ਟੂੜੀ ਚੱਲ ਰਹੀ ਹੈ, ਮਹਿਕ ਤਾਂ ਬੜੀ ਘੈਂਟ ਆ ਰਹੀ ਹੈ, ਇਹਦਾ ਭਰਜਾਈ ਆ ਰਹੀ ਹੈ, ਬਾਅਦ 'ਚ ਹੀ ਨਹਾਵਾਂਗੇ। ਸਤਿ ਸ਼੍ਰੀ ਅਕਾਲ ਭਰਜਾਈ। ਸਤਿ ਸ਼੍ਰੀ ਅਕਾਲ, ਤੂੰ ਮੇਰਾ ਕੱਪੜੇ ਤੋਂ ਬਾਹਰ ਹੋਇਆ ਫਿਰਦਾ। ਉਹ ਭਰਜਾਈ ਗਰਮੀ ਬਾਹਲੀ ਹੋ ਰਹੀ ਹੈ, ਮੈਂ ਤਾਂ ਨਾਉਣ ਲੱਗਾ ਸੀ, ਮੈਨੂੰ ਪਤਾ ਲੱਗਿਆ ਭਰਜਾਈ ਆ ਰਹੀ ਹੈ, ਮੈਂ ਚੱਲ 2 ਮਿੰਟ ਖੜ ਜਾਂ ਗੱਲਬਾਤ ਕਰ ਲਾਂ ਭਰਜਾਈ ਨਾਲ। ਤੈਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਆ ਰਹੀ ਹਾਂ? ਉਹ ਭਰਜਾਈ ਆਹ ਜਿਹੜਾ ਇੱਤਰ ਤੂੰ ਲਾਉਣੀ ਹੈ ਨਾ, ਪਿੰਡ ਦੀ ਕੋਈ ਜਨਾਨੀ ਨਹੀਂ ਲਾਉਂਦੀ, ਆਹ ਤੇਰੀ ਮਹਿਕ ਤਾਂ ਮੈਨੂੰ ਦੂਰੋਂ ਹੀ ਆ ਜਾਂਦੀ ਹੈ। ਅੱਛਾ, ਹੋਰ ਕੀ ਭਰਜਾਈ, ਮੇਰੀ ਅਰਿਸਾ ਕਿੱਥੇ ਆ? ਇੱਕ ਗੱਲ ਰਹਿ ਭਰਜਾਈ, ਬੜੀ ਸ਼ਕੀਨ ਹੈ ਤੂੰ, ਪਤਾ ਨਹੀਂ ਕਿੱਥੋਂ ਲੱਭ ਲੱਭ ਲਿਆਉਣੀ ਐਵੇਂ ਦੇ ਇੱਤਰ। ਐ ਹੀ ਆ ਫਿਰ। ਹੋਰ ਸੁਣਾ ਭਰਜਾਈ, ਕਿਵੇਂ ਮਾਰਿਆ ਗੇੜਾ ਫਿਰ ਅੱਜ? ਮੈਂ ਤਾਂ ਤੇਰੇ ਵੱਲ ਸਬਜ਼ੀ ਲੈਣ ਆਈ ਸੀ। ਸਬਜ਼ੀ ਤਾਂ ਲੈ ਜੀ ਭਰਜਾਈ, ਮੈਂ ਅੱਗੇ ਕਿਹੜਾ ਤੈਨੂੰ ਕਦੇ ਜਵਾਬ ਦਿੱਤਾ, ਮੈਂ ਤਾਂ ਹੀ ਤਾਂ ਆ ਜਾਂਦੀ ਆ ਭਰਜਾਈ। ਹਾਂ ਅਸੀਂ ਤਾਂ ਤੇਰੇ ਬੜੀ ਵਾਰੀ ਕੰਮ ਆ ਗਏ, ਤੂੰ ਨਹੀਂ ਪਰ ਮੇਰੇ ਕੰਮ ਆਈ ਕਦੇ। ਨਾ ਮੈਂ ਤੇਰੇ ਕੀ ਕੰਮ ਹੋਣਾ? ਦੇਖ ਭਰਜਾਈ, ਇੱਕ ਤੂੰ ਹੀ ਹੈ ਪਿੰਡ 'ਚ ਜਿਹਦੇ ਨਾਲ ਸਾਡਾ ਪਿਆਰ ਹੈ, ਹੋਰ ਤਾਂ ਅਸੀਂ ਕਿਸੇ ਕੋਲ ਜਾਉਂਦੇ ਜਾਂਦੇ ਨਹੀਂ। ਵਿਆਹ ਕੀ ਬੋਲੀ ਜਾਂਦਾ ਤੂੰ, ਚੱਲਦੀ ਆ ਮੈਂ। ਉਹ ਭਰਜਾਈ ਪਹਿਲੇ ਤੇਰੇ ਤੇ ਪੂਰੀ ਗੱਲ ਤਾਂ ਸੁਣ ਲੈ ਮੇਰੀ, ਮੈਂ ਤੇਰੇ ਇਰਾਦੇ ਨਾ ਮੈਨੂੰ ਨੇਕ ਨਹੀਂ ਲੱਗਦੇ ਹੈਗੇ। ਉਹ ਭਰਜਾਈ ਇੰਨਾ ਵੀ ਨਹੀਂ ਮਾੜਾ ਜਿੰਨਾ ਤੂੰ ਸੋਚੀ ਜਾਂਦੀ ਆ, ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਤੇਰੀ ਛੋਟੀ ਭੈਣ ਦਾ ਰਿਸ਼ਤਾ ਹੀ ਕਰਾ ਦੇ। ਛੋਟੀ ਭੈਣ ਦਾ ਰਿਸ਼ਤਾ? ਹੋਰ ਕੀ, ਨਾਲੇ ਮੇਰਾ ਘਰ ਬਸਦਾ ਹੋਜੂ। ਵੇ ਤੇਰਾ ਤੇ ਉਹਦਾ ਮੇਲ ਕੀ ਆ? ਉਹਨੇ ਤਾਂ ਅਫਸਰ ਲੱਗਣਾ ਪੜ ਕੇ, ਤੇਰੇ ਕੋਲ ਤਾਂ ਘਰ ਨਹੀਂ ਪਾਇਆ ਗਿਆ। ਉਹ ਕੋਈ ਨਾ ਭਰਜਾਈ, ਘਰ ਦੀ ਕਿੱਡੀ ਗੱਲ ਹੈ, ਪਾਣੀ ਦਾ ਘਰ ਤਾਂ, ਆ ਨਾਲੇ ਤੁਹਾਡੇ ਨਾਲ ਨਾ ਅੱਧਾ ਕਿੱਲਾ ਵੱਧ ਹੀ ਆ ਮੇਰੇ ਕੋਲ ਜ਼ਮੀਨ ਦਾ, ਘਰ ਦੀ ਕਿਹੜੀ ਗੱਲ ਕਰਦੀ ਆ, ਘਰ 'ਚ ਤਾਂ ਮੈਂ ਕੋਕੇ ਲਾ ਦੂੰ, ਤੂੰ ਬਸ ਸਾਗ ਕਰਾਉਣ ਵਾਲੀ ਬਣ। ਚੱਲ ਠੀਕ ਆ, ਕੋਈ ਨਾ ਸੋਚੂਗੀ ਮੈਂ। ਚੱਲ ਜਲਦੀ ਦੱਸਦੀ ਭਰਜਾਈ ਸੋਚ ਕੇ। ਚੰਗਾ ਚੰਗਾ। ਸਕੀਮ ਤਾਂ ਲਾਉਣੀ ਪੈਣੀ ਕੋਈ ਨਾ ਕੋਈ, ਸਾਡੇ ਵਾਲੀ ਛੋਟੀ ਨੇ ਤਾਂ ਮੰਨਣਾ ਤਾਂ ਹੈ ਨਹੀਂ, ਉਹ ਤਾਂ ਵੱਧ ਪੜ੍ਹੀ ਲਿਖੀ ਆ, ਗੱਲ ਤਾਂ 2.5 ਕਿੱਲਿਆਂ ਦੀ ਆ, ਮੈਂ ਤਾਂ ਆਪਣੇ ਹੱਥ 'ਚੋਂ ਕਦੀ ਆਟੇ ਦੀ ਮੁੱਠੀ ਨਹੀਂ ਜਾਣ ਦਿੱਤੀ, ਪਰ 2.5 ਕਿੱਲੇ ਕਿੱਦਾਂ ਜਾਣ ਦੋ। ਚੱਲ ਵੀ ਸਕੀਮ ਤਾਂ ਲਾ ਕੋਈ, 2.5 ਕਿੱਲਿਆਂ ਦਾ ਸਵਾਲ ਆ। ਉਹ ਕੀ ਹਾਲ ਆ ਛੜਿਆ? ਓਏ ਬੰਦਾ ਬਣ ਜਾ ਬੰਦਾ, ਤੈਨੂੰ 20 ਵਾਰੀ ਸਮਝਾ ਲਿਆ ਪਰ ਤੂੰ ਨਹੀਂ ਹਟਦਾ, ਮੇਰੇ ਸਾਲੇ ਦਾ ਤੇਰਾ ਹੋ ਜੂਗਾ, ਜੇ ਨਾ ਹੋ ਜਾਂਦਾ ਨਾ ਫਿਰ ਤੈਨੂੰ ਪੁੱਛਦਾ ਵੀ ਛੜਿਆ, ਹੁਣ ਦੱਸ ਕਿਵੇਂ ਲੰਘਦੇ ਨੇ ਦੇਣ। ਬਾਈ ਜੀ ਤੂੰ ਤਾਂ ਗੁੱਸਾ ਹੀ ਕਰ ਗਿਆ। ਗੁੱਸਾ ਨਾ ਕਰਾਂ ਤਾਂ ਹੋਰ ਕੀ ਕਰਾਂ, ਆ ਮੇਰਾ ਸਾਰਾ ਪਿੰਡ ਮਜ਼ਾਕ ਕਰਦਾ, ਘੱਟੋ ਘੱਟ ਤੂੰ ਤਾਂ ਟਲ ਜਾ ਕਰ, ਤੂੰ ਤਾਂ ਮੇਰੇ ਨਾਲ ਰਹਿੰਦਾ। ਬਾਈ ਜੀ ਤੈਨੂੰ ਮਜ਼ਾਕ ਕਰਿਆ ਸੀ ਬਾਈ ਜੀ, ਮੈਨੂੰ ਨਹੀਂ। ਚੱਲ ਕੋਈ ਨਾ ਛੱਡ ਇਹ ਗੱਲ ਨੂੰ, ਹੋਰ ਸੁਣਾ। ਹੋਰ ਵਧੀਆ ਜੀ। ਬਾਈ ਜੀ ਗੁੱਸਾ ਤਾਂ ਨਹੀਂ ਕਰਦੇ ਜੇ ਤੈਨੂੰ ਕੋਈ ਗੱਲ ਕਹਾਂ? ਬੋਲ ਯਾਰ ਕੀ ਕਹਿਣਾ। ਬਾਈ ਜੀ ਭਰਜਾਈ ਤਾਂ ਤੇਰੇ ਕੋਲ ਹੈਗੀ ਹੈ। ਉਹ ਸਾਲਿਆ ਕਿਉਂ ਭਕਾਈ ਮਾਰਦਾ ਹੁੰਦਾ, ਉਹ ਤਾਂ ਊਂ ਆ ਜਾਂਦੀ ਹੈ ਕੋਈ ਸੌਦਾ ਪੱਤਾ ਲੈਣ 'ਚ ਲੋੜ ਹੋਵੇ, ਆ ਜਿਹੜਾ ਕੁਝ ਸੋਚੀ ਜਾਣਾ ਨਾ ਕੁਛ ਨਹੀਂ ਹੈਗਾ ਐਵੇਂ ਦਾ। ਉਹ ਤਾਂ ਬਾਈ ਪਤੀ ਹੈ ਸਾਰੇ ਮੁੰਡੇ ਨੂੰ ਵੀ ਪਤਾ। ਉਹ ਲੰਘ ਜਾ ਲੰਘ ਜਾ, ਹੁਣ ਮੈਨੂੰ ਲੱਗਦਾ ਜੁੱਤੀਆਂ ਖਾ ਕੇ ਜਾਏਗਾ ਮੇਰੇ ਤੋਂ, ਬੋਲੀ ਜਾਣਾ ਤੂੰ। ਉਹਦਾ ਪਤੀ ਹੈ ਸੌਦਾ ਪੱਤਾ।